उल्टा सर। गोरी है जी। किस तरह यह हादसा होया? पूरा मोटरसाइकिल ओवर कंट्रोल हो गया जी, टाली दे विच वज्या। किन्नी उम्र सी मुंडे दी? मुंडे दी 19-20 साल दा सी। 19-20 साल दा। केड़े पिंड दा सीगा? सूरती है जी। सूरती आ गया। काम ते जाई जांदे सी मोटे पन्नी वाले। पन्नी वाले वाला रोड ओदे ते एक्सीडेंट हो गया। किन्ने मुंडे सीगे वीर? दो ही मुंडे सीगे। दूजे दे भी कोई सट्टा वज? सट्ट है जी। कदों दा हादसा? हादसा कल दा जी, 9 बजे दे रही। की नाम की सीगा लड़के दा? अजय जी। कितों दा रहण वाला? सूरती। हां जी। की काम करदा सी? ਪੱਲੇਦਾਰੀ ਕਰਦੇ ਸੀ। ਪਰਿਵਾਰ 'ਚ ਹੋਰ ਕੌਣ ਕੌਣ ਹੈ? ਪਰਿਵਾਰ ਦੇ ਵਿੱਚੋਂ ਦੋ ਭੈਣਾਂ ਜੀ, ਦੋ ਭਾਈ ਹੈ ਜੀ। ਦੋ ਭਾਈ? ਇਹ ਛੋਟਾ ਸੀ? ਹਾਂਜੀ। ਸਾਰਿਆਂ ਤੋਂ ਛੋਟਾ? ਸਾਰਿਆਂ ਤੋਂ ਛੋਟਾ ਸੀ। ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੀ ਕੀ ਕਾਰਵਾਈ ਹੈ? ਪੁਲਿਸ ਨੇ ਸ਼ਿਕਾਇਤ ਕੀਤੀ ਗਈ ਹੈ ਜੀ। ਪਹਿਲਾਂ ਔਡਾ ਥਾਣੇ ਦੇ ਵਿੱਚ ਉਹਨਾਂ ਨੇ ਉਹ ਦੇਤਾ ਜੀ, ਅਤੇ ਸਾਨੂੰ ਠਾਣਾ ਲੱਗਦਾ ਸੀ ਵੱਡਾ ਗੁੜਾ ਜੀ, ਉੱਥੋਂ ਦੀ ਪੁਲਿਸ ਆਈ ਨਹੀਂ, ਫਿਰ ਇੰਨੀ ਗੱਲ ਨਹੀਂ। ਅੱਛਾ, ਓਡਾ ਥਾਣੇ ਦੀ ਪੁਲਿਸ ਆਈ ਨਹੀਂ? ਆਈ ਨਹੀਂ। ਹਾਂਜੀ। ਅਤੇ ਹੁਣ ਬੜੇ ਗੁੜੇ ਵਾਲੇ ਕੀ ਕਹਿੰਦੇ? ਵੱਡੇ ਗੁੜੇ ਵਾਲੇ ਜੀ ਗਏ ਹੋਏ ਜੀ ਕੇਰਾ ਉੱਥੇ ਥਾਣੇ ਦੇ ਵਿੱਚ, ਦੇਖੋ ਜੀ ਹਲੇ ਕੀ ਬਣਦਾ। ਹਾਦਸਾ ਹੋਇਆ ਕਿੱਦਾਂ ਸੀ? ਮੋਟਰਸਾਈਕਲ ਟਾਲੀ 'ਚ ਵੱਜਿਆ ਜੀ, ਓਵਰ ਕੰਟਰੋਲ ਹੋ ਗਿਆ ਸੀ। ਅਤੇ ਕਦੋਂ ਡੈਡ ਬੋਡੀ ਕਦੋਂ ਆ ਗਈ ਸੀ ਇੱਥੇ? ਇੱਥੇ ਆ ਗਈ ਸੀ ਜੀ 10 ਦੇ ਕਰਨ ਸੀ, 10 ਵਜੇ। ਹਾਂਜੀ। ਅਸੀਂ ਗਏ ਜੀ ਹਸਪਤਾਲ 'ਚ, ਉੱਥੋਂ ਕਹਿੰਦੇ ਜੀ ਬਾਲਾ ਸੀਰੀਅਸ ਆ, ਉੱਥੋਂ ਚੁਕਾ ਤਾ ਜੀ। ਉੱਥੋਂ ਇੱਥੇ ਆਇਆ ਜੀ, ਇੱਥੇ ਸਾਰੇ ਡਾਕਟਰ ਆਏ ਨਹੀਂ ਸੀਗੇ ਜੀ, ਇੱਥੇ ਆ ਕੇ ਪ੍ਰਾਣ ਛੱਡ ਗਏ ਜੀ ਮੁੰਡਾ। ਹਾਂਜੀ। ਇੰਨੀ ਪੁੱਛ ਦੱਸ ਨਹੀਂ ਕਰੀ ਜੀ ਮੁੰਡੇ ਦੀ। ਸੱਟ ਕਿੱਥੇ ਵੱਜੀ ਸੀ ਮੁੰਡੇ ਦੀ? ਸਿਰ 'ਚ ਸੀ। ਹਾਂਜੀ। ਨੱਕ 'ਚ ਝੱਗ ਨਿਕਲੀ ਗਈ ਜੀ, ਖੂਨ ਨਿਕਲੀ ਗਿਆ। ਅਤੇ ਜਿਹੜਾ ਨਾਲ ਸੀਗਾ ਮੁੰਡਾ ਉਹ ਕਿਵੇਂ ਆ? ਉਹ ਬਚ ਗਿਆ ਜੀ, ਘਰੇ ਹੈ ਜੀ। ਗੋਡੇ 'ਤੇ ਸੱਟ ਹੈ ਜੀ, ਇੱਕ ਥੋੜ੍ਹਾ ਇੱਥੇ ਹੈ ਜੀ, ਗੋਡੇ 'ਤੇ ਬਾਬਾ ਜੀ। ਉਹ